ਕੀਤੀਆਂ ਹੁਣ ਆਪੇ ਅਕਾਲ ਤਖ਼ਤ ਤੇ ਮਸਲਾ ਲੈ ਕੇ ਗਏ ਤੇ ਹੁਣ ਤੁਸੀਂ ਆਪੇ ਹੀ ਅਕਾਲ ਤਖ਼ਤ ਤੋਂ ਬਾਹਰੀ ਹੋਏ ਵਾ ਮੈਂ ਸਮਝਦਾ ਵੀ ਅੰਮ੍ਰਿਤ ਬਾਣੀ ਹਰ ਹਰ ਫੇਰੀ ਤੇ ਸੁਣ ਸੁਣ ਹੋਵੇ ਪਰਮਗਤ ਮੇਰੀ ਠੀਕ ਆ ਮੈਂ ਬਾਣੀ ਤੇ ਰਿਹਾ ਤੇ ਮੈਂ ਬੇਨਤੀ ਆਖਰ ਬਾਣੀ ਤੇ ਹੀ ਜਾ ਕੇ ਸਮਾਪਤੀ ਕਰਾਂਗਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ 1708 ਵਿੱਚ ਦੇਖੋ ਅਸੀਂ ਨਹੀਂ ਕਹਿ ਰਹੇ ਨਾ ਕੋਈ ਜਥੇਬੰਦੀ ਕਹਿ ਰਹੀ ਆ ਨਾ ਕੋਈ ਧੜਾ ਕਹਿ ਰਿਹਾ ਠੀਕ ਆ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਵਾ ਤੇ ਦਿਮਾਗ ਇਹ ਵੀਰ ਆਪਣਾ ਖੋਲਣ ਸਾਡਾ ਨਾ ਖਲਾਉਣ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਆ ਸਾਡਾ ਸਰੂਪ ਆ ਜਿਹੜਾ ਭਾਈ ਇਹ ਸਾਡਾ ਸਰੂਪ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਠੀਕ ਹੈ ਜੀ ਤੇ ਜਿਹਨੇ ਦਰਸ਼ਨ ਕਰਨੇ ਹੋਣਗੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੇ ਇਹ ਸਾਡੇ ਦਰਸ਼ਨ ਹੋਣਗੇ ਅਸੀਂ 1430 ਦਾ ਨਹੀਂ 1850 ਕੋਈ ਪੇਜ ਦਾ ਵੀ ਕੋਈ ਧਾਰਮਿਕ ਪੋਥੀ ਹੋਵੇ ਤੇ ਉਹਦੇ ਵਿੱਚ ਇੱਕ ਅੱਖਰ ਵੀ ਨਾ ਲਿਖਿਆ ਹੋਵੇ ਸਿੱਖ ਕਦੀ ਮੱਥਾ ਨਹੀਂ ਟੇਕਦਾ ਹਾਂਜੀ ਅਸੀਂ ਇੱਕ ਓਅੰਕਾਰ ਤੋਂ ਲੈ ਕੇ 1810-20 ਤੱਕ ਗੁਰੂ ਸਾਹਿਬ ਜੀ ਦੇ ਉਸ ਗੁਰਬਚਨ ਨੂੰ ਉਸ ਗੁਰੂ ਕੀ ਬਾਣੀ ਨੂੰ ਉਸ ਗੁਰੂ ਵਾਕ ਨੂੰ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਉਸ ਨੂੰ ਮੱਥਾ ਟੇਕਦੇ ਹਾਂ ਤੇ ਇਹਨਾਂ ਦੀ ਬਹੁਤ ਪਰਿਭਾਸ਼ਾ ਆ ਪੰਜ ਪੈਸੇ ਨਾਰੀਆ ਲੈ ਕੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਜੋ ਬਚਨ ਕਹੇ ਸੀ ਉਹ ਸਰਬਲੋਕ ਪ੍ਰਕਾਸ਼ ਵਿੱਚ ਲਿਖੇ ਹੋਇਆ ਇਹ ਵੀਰ ਆਪਣਾ ਦਿਮਾਗ ਖੋਲਣ ਮਾੜਾ ਜਿਹਾ ਖੁਰਚਣ ਇਹਨੂੰ ਠੀਕ ਆ ਸਾਨੂੰ ਨਾ ਕਹਿਣ ਸਾਡੇ ਕੋਲੇ ਸਰੋਤ ਨੇ ਮਹਾਰਾਜ ਸਾਹਿਬ ਦੇ ਅਸੀਂ ਸਰੋਤਾਂ ਤੇ ਬੋਲਦੇ ਹਾਂ ਗੁਰੂ ਕੀ ਬਾਣੀ ਤੇ ਬੋਲਦੇ ਹਾਂ ਜਬਲੀਆਂ ਨਹੀਂ ਮਾਰਦੇ ਵੀ ਐਸੇ ਤੁਸੀਂ ਜਰਵਾਣੇ ਜਥੇਦਾਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆਂ ਦੇ ਕੋਲ ਬਹਿ ਕੇ ਢੱਡਰੀਆਂ ਵਾਲੇ ਨੇ ਇੱਕ ਵਾਰੀ ਨਹੀਂ 100 ਵਾਰੀ ਕਿਹਾ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਰੀਆ ਮੰਨਦਾ ਹਾਂ ਇਹ ਗਿਆਨ ਆ ਗੁਰੂ ਨਹੀਂ ਆ ਸਿੱਖ ਜਿਹੜਾ ਵਾ ਉਹ ਕਰ ਕੀ ਰਿਹਾ ਜੇ ਉਹ ਸਤਿਗੁਰੂ ਸਾਹਿਬ ਜੀ ਦੇ ਘਰ ਨੂੰ ਕੋਈ ਮੰਦਾ ਬੋਲੂਗਾ ਜਾਂ ਸਿੱਖਾਂ ਦੇ ਬੱਚਿਆਂ ਦਾ ਨੁਕਸਾਨ ਕਰੂਗਾ ਤੇ ਫਿਰ ਬਈ ਸਿੱਖਾਂ ਨੇ ਤਾਂ ਮਨਮੁਖ ਲੋਹਾ ਸਾਧੀਏ ਵਗਦੀ ਵਧਾਣੀ ਫਿਰ ਉਹ ਸਿੱਖ ਨਹੀਂ ਰਹਿ ਜਾਂਦਾ ਜਿਹੜੇ ਅੱਜ ਇਹ ਗੱਲਾਂ ਕਰ ਰਹੇ ਨਾ ਵੀ ਇਹ ਜੀ ਕਾਗਜ਼ ਆ ਓਦਾਂ ਅਸੀਂ ਕਹਿ ਨਹੀਂ ਸਕਦੇ ਪਰ ਹੁਣ ਉਹਨੇ ਕਿਹਾ ਤੇ ਮੈਂ ਬੋਲ ਰਿਹਾ ਤੁਹਾਡੇ ਰਾਹੀਂ ਮਾਧਿਅਮ ਉੱਤੇ ਆਪਣਾ ਜ਼ਰੂਰੀ ਆ ਕਿ ਸਰੋਤੇ ਚੰਗੀ ਤਰ੍ਹਾਂ ਸਮਝ ਲੈਣ ਠੀਕ ਹੈ ਉਹ ਕਹਿੰਦਾ ਇਹ ਕਾਗਜ਼ ਆ ਜੀ ਇਹ ਜਿਲਦ ਆ ਮਤਲਬ ਇਹਨੂੰ ਇਹ ਗੁਰੂ ਸ਼ਬਦ ਨੀਗਾ ਉਹ ਤਾਂ ਬਹੁਤ ਕੁਛ ਕਿਹਾ ਉਹ ਕੀ ਕਹਿੰਦਾ ਇਹਦੇ ਨਾਲ ਇਹ ਮਤਲਬ ਉਹ ਕੋਈ ਪੰਥ ਨੀਗਾ ਨਾ ਕੋਈ ਸਿੰਘ ਸਾਹਿਬ ਲੱਗਾ ਨਾ ਕੋਈ ਉਹ ਇੱਕ ਧੜਾ ਵਾ ਉਹਨੇ ਆਪਣਾ ਇੱਕ ਧੜਾ ਬਣਾਇਆ ਕਿ ਧੜੇ ਜਿਹੜੇ ਹੁੰਦੇ ਆ ਉਹ ਬੜੇ ਲੰਬੇ ਸਮੇਂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਕਟਾਕਸ ਕਰਦੇ ਆਏ ਮਹਾਰਾਜ ਕਹਿੰਦੇ ਆਪਨ ਪਉ ਸ੍ਰੀ ਖਾਲਸੇ ਸੰਪਾ ਤੁਤੀ ਰੂਪ ਸਤਿਗੁਰੂ ਗੁਰੂ ਗ੍ਰੰਥ ਹਾਂਜੀ ਕਹਿੰਦੇ ਮੈਂ ਆਪਣਾ ਆਪ ਆਪਣਾ ਸਰੀਰ ਆਪਣੇ ਖਾਲਸੇ ਵਿੱਚ ਰੱਖ ਰਿਹਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਹੂੰ ਮੈਂ ਕਰੂ ਨਿਵਾਸ ਇਹ ਲੋਕ ਨਾ ਜਿਹੜੇ ਵੀਰ ਸਾਡੇ ਧੜੇ ਚ ਵੱਜ ਗਿਆ ਤੇ ਜਿਹੜੇ ਧੜੇ ਚ ਵੱਜ ਕੇ ਸਤਿਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਛੱਡ ਚੁੱਕੇ ਆ ਤੇ ਜਿਹੜਾ ਗੁਰਸਿੱਖ ਹੁੰਦਾ ਨਾ ਉਹਦਾ ਧੜਾ ਹੁੰਦਾ ਉਹ ਹਰ ਸੋ ਧੜਾ ਕੀ ਆ ਮੇਰੀ ਹਰ ਟੇਕ ਸਾਡਾ ਧੜਾ ਆ ਸ੍ਰੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਦਾ ਬੋਲਿਆ ਹੋਇਆ ਵਾ ਕਿ ਗੁਰੂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਕਾਗਜ਼ ਆ ਇਹਨਾਂ ਵਾਸਤੇ ਪੱਖੇ ਦੀ ਲੋੜ ਨਹੀਂ ਏਸੀ ਦੀ ਲੋੜ ਨਹੀਂ ਸਲਾਬ ਤੋਂ ਬਚਾਵੋ ਜੇ ਮਹਾਰਾਜ ਨੂੰ ਪੱਖੇ ਦੀ ਲੋੜ ਨਹੀਂ ਜਾਂ ਮਹਾਰਾਜ ਨੂੰ ਸੋਹਣੇ ਰੁਮਾਲੇ ਦੀ ਲੋੜ ਨਹੀਂ ਜਾਂ ਸੱਚੇ ਪਾਤਸ਼ਾਹ ਜੀ ਜੇ ਦੇਖਦੇ ਨਹੀਂ ਤੇ ਫਿਰ ਮੈਂ ਸਵਾਲ ਕਰਦਾ ਇਹ ਦੱਸਣ ਸਾਨੂੰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਣਦੇ ਆ ਇਹ ਸਾਨੂੰ ਦੱਸਣ ਕਿ ਜੇ ਸੁਣਦੇ ਨਹੀਂ ਤੇ ਫਿਰ ਇਹ ਕਿਉਂ ਮੂੰਹ ਪੜ ਪੜ ਕੇ ਮਹਾਰਾਜ ਸਾਹਿਬ ਦੀ ਹਜ਼ੂਰੀ ਚ ਪੁੱਠੀਆਂ ਸਿੱਧੀਆਂ ਧਾਰਨਾ ਲਾਉਂਦਾ ਆ ਉਹ ਕਾਹਤੋਂ ਲਾਉਂਦਾ ਆ ਤੇ ਪਰ ਸਾਡਾ ਵਿਸ਼ਵਾਸ ਇਹ ਆ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਨੇਤਰ ਵੀ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਵਣ ਵੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵੀ ਆ ਸਾਡੇ ਕੋਲੇ ਘਟਨਾ ਨੇ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਇਹ ਬੋਲ ਰਿਹਾ ਹੁਣ ਪੰਥ ਤੇ ਬੋਲ ਰਿਹਾ ਸਤਿਗੁਰੂ ਸਾਹਿਬ ਜੀ ਦੀ ਜੀਵਨ ਤੇ ਬੋਲ ਰਿਹਾ ਤੇ ਹੁਣ ਇਸ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਜਿਹੜਾ ਅਦਬ ਸਤਿਕਾਰ ਆ ਜਿਹੜਾ ਗੁਰੂ ਕਾ ਸਿੱਖ ਪੰਥ ਨੂੰ ਸਮਰਪਿਤ ਆ ਉਹ ਇਹ ਕਹਿੰਦੇ ਆ ਵੀ ਉਹਨਾਂ ਦੋ ਚਾਰ ਬੰਦੇ ਤੁਹਾਨੂੰ ਗੱਲਾਂ ਦੱਸਣੀਆਂ ਚਾਹੁੰਦੇ ਚੰਗੀਆਂ ਤੁਸੀਂ ਸੁਣਨੀਆਂ ਕਿਉਂ ਨਹੀਂ ਚਾਹੁੰਦੇ ਠੀਕ ਆ ਉਹ ਜਿਹੜੀਆਂ ਉਹ ਨਹੀਂ ਅਸੀਂ ਸੁਣਨੀਆਂ ਜਿਹੜੇ ਵੀਰ ਦੱਸ ਕੇ ਗਏ ਆ ਨਾ 4 ਸਾਲ ਤੋਂ ਇਹਨਾਂ ਦਾ ਗੁਰਦੁਆਰਾ ਸਾਹਿਬ ਉੱਥੇ ਬੰਦ ਆ ਮੈਂ ਗਿਆ ਉਸ ਫੈਸਲੇ ਚ ਠੀਕ ਆ 8 ਸਰੂਪ ਮਹਾਰਾਜ ਸਾਹਿਬ ਜੀ ਦੇ ਆ ਜਿਹਦੀ ਕੋਈ ਸੇਵਾ ਸੰਭਾਲ ਨਹੀਂ ਹੋ ਰਹੀ 8 ਸਰੂਪ ਅੱਛਾ ਜੀ ਤੇ ਮਹਾਰਾਜ ਜੀ ਹਰ ਇੱਕ ਮਨੁੱਖ ਦੀ ਉੱਥੇ ਤਰਲਾ ਕਰਕੇ ਮਿੰਨਤ ਕਰਕੇ ਆਇਆ ਇਹਨਾਂ ਨੂੰ ਤੇ ਆਪੇ ਚੰਗਾ ਲੱਗਣਾ ਹੀ ਆ ਢੱਡੀਆਂ ਵਾਲਾ ਵਾ ਕਿਉਂਕਿ ਉਹ ਤਾਂ ਕਹਿ ਰਿਹਾ ਵੀ ਮਹਾਰਾਜ ਸਾਹਿਬ ਜੀ ਦਾ ਸਰੂਪ ਜਿਹੜਾ ਆ ਉਹ ਨਾ ਤਾਂ ਉਹਨੂੰ ਠੰਡ ਲੱਗਦੀ ਆ ਨਾ ਪੱਖੇ ਦੀ ਲੋੜ ਆ ਨਾ ਉਹ ਜਾਗਰੂਕ ਜੋਤ ਆ ਇਸ ਕਰਕੇ ਇਹਨਾਂ ਨੂੰ ਤੇ ਗੱਲਾਂ ਚੰਗੀਆਂ ਲੱਗਣੀਆਂ ਹੀ ਆ ਇਹ ਅਸੀਂ ਇਹ ਸ੍ਰੀ ਦਰਬਾਰ ਸਾਹਿਬ ਤੇ ਤਾਂ ਸਵਾਲ ਉਠਾ ਲਿਆ ਪਹਿਲਾਂ ਆਪਣਾ ਮੁੱਢ ਤਾਂ ਦੇਖਦੇ ਵੀ ਆਪਾਂ ਕੀ ਕਰ ਰਹੇ ਹਾਂ।